ਤਾਂ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਹੈਗੇ ਹਾਂ ਡਿਸਕਵਰੀ ਬੇ ਬੀਚ ਦੇ ਉੱਤੇ, ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੁੰਗਛੂ ਵੱਲੋਂ ਗਿਆਨੀ ਕਰਨਵੀਰ ਸਿੰਘ ਜੀ ਇਹਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ। ਇੱਥੇ ਅੱਜ ਬੱਚਿਆਂ ਨੂੰ ਲੈ ਕੇ ਆਏ ਹਾਂ। ਇੱਕ ਤਾਂ ਬੀਚ ਸਾਫ਼ ਕਰਨੀ ਆ, ਆਹ ਜਿਹੜੀ ਸਮਾਨ ਸਾਰਾ ਹੈਗਾ, ਦੂਸਰਾ ਬੱਚਿਆਂ ਦਾ ਇੱਥੇ ਸਭ ਤੋਂ ਪਹਿਲਾਂ ਗੁਰਬਾਣੀ ਨਾਲ ਸ਼ੁਰੂ ਕੀਤਾ ਪ੍ਰੋਗਰਾਮ ਸਾਰੇ ਇਕੱਠੇ ਹੋ ਕੇ, ਬਾਅਦ ਵਿੱਚ ਪਿਕਨਿਕ ਕੀਤੀ, ਸਾਰਿਆਂ ਨੇ ਪਕੌੜਿਆਂ ਦਾ ਇੰਜੋਏ ਕੀਤਾ, ਅਤੇ ਬੱਚੇ ਇੱਧਰ ਪਿੱਛੇ ਪਾਣੀ ਦੇ ਵਿੱਚ ਨਹਾ ਰਹੇ ਨੇ, ਅਤੇ ਉੱਧਰ ਵੀ ਆਪਣੇ ਹੋਰ ਸਿੰਘ ਖੜ੍ਹੇ ਨੇ, ਅਤੇ ਬਹੁਤ ਵਧੀਆ ਮਤਲਬ ਇਹ ਉਪਰਾਲਾ ਅੱਜ ਦਾ। ਅਤੇ ਆ ਜਾਓ ਆਪਾਂ ਗਿਆਨੀ ਕਰਨਵੀਰ ਸਿੰਘ ਹੋਣਾ ਨਾਲ ਵੀ ਗੱਲ ਕਰਦੇ ਹਾਂ, ਕਿਉਂਕਿ ਉਹ ਪਹਿਲਾਂ ਵੀ ਇਹੋ ਜਿਹੇ ਉਪਰਾਲੇ ਕਰਦੇ ਰਹਿੰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਨਾਲ ਪਿਆਰਾ ਸਿੰਘ ਜੀ ਵੀ ਨੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿਵੇਂ ਵੀਰ ਜੀ ਉਹਨਾਂ ਨੇ ਦੱਸਿਆ ਕਿ ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਵੱਲੋਂ ਬੱਚਿਆਂ ਅਤੇ ਸੰਗਤਾਂ ਨੇ ਰਲ ਕੇ ਬਹੁਤ ਸੋਹਣਾ ਉਪਰਾਲਾ ਕੀਤਾ। ਸਭ ਤੋਂ ਪਹਿਲਾਂ ਗੁਰਬਾਣੀ ਦਾ ਆਸਰਾ ਅਤੇ ਅਰਦਾਸ ਬੇਨਤੀ ਹੋਈ। ਉਸ ਤੋਂ ਬਾਅਦ ਵਿੱਚ ਜਿਵੇਂ ਅੱਜ ਦੇ ਮਾਹੌਲ ਵਿੱਚ ਆਪਾਂ ਦੇਖਦੇ ਹਾਂ, ਬੱਚੇ ਇਗਜ਼ਾਮ ਨੂੰ ਲੈ ਕੇ ਜਾਂ ਆਪਣੇ ਘਰ ਦੇ ਮਾਹੌਲ ਨੂੰ ਲੈ ਕੇ ਬਹੁਤ ਸਟ੍ਰੈਸ 'ਚ ਰਹਿੰਦੇ ਕਈ ਗੱਲਾਂ ਤੋਂ, ਤਾਂ ਇੱਥੇ ਜਿਹੜੇ ਆਏ ਸੀ ਸੀਨੀਅਰ ਟੀਚਰ, ਤਾਂ ਉਹਨਾਂ ਨੇ ਵੀ ਟੋਕ ਕੀਤੀ ਬੱਚਿਆਂ ਦੇ ਨਾਲ ਲੈਕਚਰ ਦੇ ਰੂਪ ਵਿੱਚ ਕਿ ਕਿਵੇਂ ਆਪਣੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਗੋਲ ਮਿਥਣੇ ਚਾਹੀਦੇ ਆ ਅਤੇ ਆਪਾਂ ਆਪਣੀ ਜ਼ਿੰਦਗੀ 'ਚ ਕਾਮਯਾਬ ਹੋ ਸਕਦੇ। ਉਸ ਨਾਲ ਰਿਲੇਟਡ ਸਾਰੀ ਟੋਕ ਹੋਈ, ਗੱਲਬਾਤ ਹੋਈ, ਅਤੇ ਉਸ ਤੋਂ ਬਾਅਦ ਵਿੱਚ ਬੱਚੇ ਹੁਣ ਪਲੇ ਵੀ ਕਰ ਰਹੇ ਆ ਨਾਲ, ਬੀਚ ਦੇ ਵਿੱਚ ਥੋੜ੍ਹਾ ਇੰਜੋਏ ਕਰ ਰਹੇ ਆ, ਅਤੇ ਹੁਣ ਦੀ ਜਿਹੜੀ ਐਕਟੀਵਿਟੀ ਆ ਉਹ ਸਾਰਾ ਅੱਜ ਉਹ ਬਹੁਤ ਸਮੁੰਦਰ ਦੇ ਵਿੱਚੋਂ ਬਾਹਰ ਆਉਂਦਾ ਗੰਧ ਆ, ਤਾਂ ਉਸ ਨੂੰ ਚੱਕਣ ਦੀ ਸਾਰੇ ਰਲ ਮਿਲ ਕੇ ਅਸੀਂ ਇੱਕ ਸੋਹਣਾ ਉਪਰਾਲਾ ਜਿਹੜਾ ਇਹ ਕਰ ਰਹੇ ਹਾਂ। ਜਿਵੇਂ ਕਿ ਵੀਰ ਜੀ ਨੇ ਦੱਸਿਆ, ਪਹਿਲਾਂ ਵੀ ਇਹ ਉਪਰਾਲੇ ਕੋਸ਼ਿਸ਼ ਹੁੰਦੀ ਹੈ ਕਿ ਇਨਸਾਨੀਅਤ ਨਾਤੇ ਕਿ ਚੰਗੇ ਉਪਰਾਲੇ ਹਮੇਸ਼ਾ ਅਸੀਂ ਕਰਦੇ ਰਹੀਏ, ਅਤੇ ਆਉਣ ਵਾਲੇ ਸਮੇਂ 'ਚ ਵੀ ਆਪਾਂ ਕਰਦੇ ਰਹਾਂਗੇ। ਗੁਰੂ ਸਾਹਿਬ ਜੀ ਨੇ ਵੀ ਸਾਨੂੰ ਇਹੀ ਸਿੱਖਿਆ ਦ੍ਰਿੜ ਕਰਵਾਈ ਹੈ ਕਿ ਜ਼ਿੰਦਗੀ 'ਚ ਕੁਛ ਨਵਾਂ ਕਰੀਏ, ਕੁਛ ਚੰਗਾ ਕਰੀਏ, ਕਿਉਂਕਿ ਅਸੀਂ ਆਏ ਹੀ ਇਸ ਦੁਨੀਆ 'ਤੇ ਕੁਛ ਚੰਗਾ ਕਰਨ ਲਈ ਹਾਂ। ਤਾਂ ਮੈਂ ਬਾਕੀ ਧੰਨਵਾਦ ਕਰਦਾ ਵੀਰ ਜੀ ਦਾ, ਜਿਨ੍ਹਾਂ ਨੇ ਵੀਡੀਓ ਦੇ ਰੂਪ ਵਿੱਚ ਇੱਕ ਸੁਨੇਹਾ ਤੁਹਾਡੇ ਤੱਕ ਪਰਿਵਾਰ ਦੇ ਰੂਪ ਰਾਹੀਂ ਜਿਹੜਾ ਸਾਂਝਾ ਕੀਤਾ, ਧੰਨਵਾਦ ਹੈ। ਸਾਰੇ ਵੀਰ ਬੜੇ ਪਿਆਰ ਨਾਲ, ਇੱਕ ਭਾਈਚਾਰਕ ਸਾਂਝ ਵੀ ਹੈ ਕਿ ਆਪਸ ਵਿੱਚ ਗੱਲਾਂ ਬਾਤਾਂ ਵੀ, ਭੈਣਾਂ ਵੀ ਆਪਸ ਵਿੱਚ ਰਲ ਕੇ ਇੱਕ ਦੂਜੇ ਨਾਲ ਜਿਹੜਾ ਉਹ ਭਾਈਚਾਰਕ ਸਾਂਝ ਨੂੰ ਵਧਾ ਰਹੀਆਂ ਨੇ। ਲੰਗਰ ਜਿਹੜਾ ਸੀ ਉਹ ਸੰਗਤਾਂ ਵੱਲੋਂ ਆਪਣੇ ਘਰਾਂ ਤੋਂ ਸਾਰਿਆਂ ਤੋਂ ਆਪਣੇ ਹੱਥਾਂ ਦੇ ਨਾਲ ਬੜੇ ਪਿਆਰ ਨਾਲ ਤਿਆਰ ਕਰਕੇ ਜੋ ਕਿ ਬੱਚਿਆਂ ਦੇ ਨਾਲ ਸ਼ੇਅਰ ਕੀਤਾ ਗਿਆ ਸਾਰੀ ਸੰਗਤ ਦੇ ਵਿੱਚ। ਸੋ ਆਉਣ ਵਾਲੇ ਟਾਈਮ 'ਚ ਵੀ ਇੱਦਾਂ ਦੇ ਉਪਰਾਲੇ ਅਸੀਂ ਕਰਦੇ ਰਹਾਂਗੇ। ਧੰਨਵਾਦ ਜੀ।
ਚਲੋ ਬੋਲੇ ਸੋ ਨਿਹਾਲ।